ਸ਼ਰਿਆਮ ਦੋਸ਼ੀ ਘੁੰਮਦੇ ਫਿਰਦੇ ਨੇ ਜੀ, ਕੋਈ ਨੀ ਸੁਣਵਾਈ ਹੋ ਰਹੀ। ਮੇਰੇ ਪੁੱਤ ਨੂੰ ਮੋੜ ਲਿਆ, ਮੈਨੂੰ ਪ੍ਰਸ਼ਾਸਨ ਤੋਂ ਹੀ ਸਾਫ ਚਾਹੀਦਾ, ਦੋਸ਼ੀਆਂ ਨੂੰ ਅਰੈਸਟ ਕਰ ਦੋ, ਨਹੀਂ ਤਾਂ ਮੈਨੂੰ ਵੀ ਖਤਮ ਕਰਦੇ ਸੱਚਾ ਸਾਹਿਬ। ਹੱਥਾਂ ਦੇ ਵਿੱਚ ਪੁੱਤ ਦੀ ਤਸਵੀਰ ਲੈ ਕੇ ਬੈਠੀ ਇਹ ਮਾਂ ਅੱਜ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਦੱਸ ਦਈਏ ਕਿ ਇਸ ਦੇ 24 ਸਾਲਾ ਪੁੱਤ ਦਾ ਇੱਕ ਔਰਤ ਅਤੇ ਵਿਅਕਤੀ ਦੇ ਵੱਲੋਂ ਮਿਲ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਅਜਿਹੇ ਇਲਜ਼ਾਮ ਜੋ ਨੇ ਉਹ ਲਗਾਏ ਜਾ ਰਹੇ ਨੇ। ਤਾਂ ਦੱਸ ਦਈਏ ਕਿ ਹੁਣ ਇਸ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੀ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆ ਰਹੀ। ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਕਿ 26 ਮਾਰਚ ਨੂੰ ਇੱਕ ਔਰਤ ਅਤੇ ਵਿਅਕਤੀ ਇੱਕ ਲੜਕੇ ਨੂੰ ਆਪਣੇ ਨਾਲ ਗੱਲਾਂ ਦੇ ਵਿੱਚ ਲਾ ਕੇ ਲੈ ਜਾਂਦੇ ਨੇ, ਤੇ ਜਦੋਂ ਕਾਫੀ ਟਾਈਮ ਬਾਅਦ ਉਹ ਲੜਕਾ ਆਪਣੇ ਘਰ ਵਾਪਸ ਨਹੀਂ ਆਉਂਦਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਹੈ, ਤੇ ਕਿਹਾ ਜਾ ਰਿਹਾ ਕਿ ਸ਼ਮਸ਼ਾਨ ਘਾਟ ਦੇ ਇੱਕ ਬੈਂਚ ਦੇ ਉੱਤੇ ਉਹ ਬੱਚਾ ਜੋ ਹੈ ਬੇਸੁੱਧ ਹਾਲਤ ਦੇ ਵਿੱਚ ਮਿਲਦਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੂੰ ਜਦੋਂ ਹਸਪਤਾਲ ਲਿਜਾਇਆ ਜਾਂਦਾ ਤਾਂ ਉੱਥੇ ਉਸਨੂੰ ਡਾਕਟਰ ਮ੍ਰਿਤਕ ਐਲਾਨ ਦਿੰਦੇ ਨੇ। ਤਾਂ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਉੱਥੇ ਇੱਕ ਔਰਤ ਅਤੇ ਵਿਅਕਤੀ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਗਏ ਸੀ। ਪਰ ਹੁਣ ਇਸ ਪਰਿਵਾਰ ਦਾ ਕਹਿਣਾ ਹੈ ਕਿ 1.5 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਇੱਥੋਂ ਤੱਕ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਤਾਂ ਅਜਿਹੇ ਇਲਜ਼ਾਮ ਜੋ ਨੇ ਹੁਣ ਇਸ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਦੱਸ ਦਈਏ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਪੂਰੇ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤੇਰਾ ਆ ਜਾਵੇ ਤੇ ਮੇਰਾ ਜੀ
ਸਾਰਿਆਂ ਦੋਸ਼ੀ ਘੁੰਮਦੇ ਫਿਰਦੇ ਨੇ ਜੀ, ਕੋਈ ਨਹੀਂ ਸੁਣਵਾਈ ਹੋ ਰਹੀ ਜੀ, ਐਂ ਬੈਠੇ ਨੇਗੇ ਆਰਾਮ ਨਾਲ ਘਰਾਂ ਦੇ ਵਿੱਚ। ਅਸੀਂ ਖੁਦ ਜਾ ਕੇ ਦੇਖ ਕੇ ਆ ਰਹੇ ਹਾਂ ਕਿ ਮੇਰਾ ਪੁੱਤ ਤਾਂ ਨਹੀਂ ਦਸਵਾ ਤਾਨਾ ਨੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਜੀ। ਆਏ ਮੇਰੇ ਪੁੱਤ ਨੂੰ ਬੋਲ ਲਿਆ ਦੋ, ਆਏ ਮੇਰਾ ਗੱਲਾਂ ਗੱਲਾਂ ਪੁੱਤ ਉਹਨਾਂ ਨੇ ਹੀ ਸਵਾਤਾ, ਆਏ ਨਹੀਂ ਦਸਵਾਤਾ ਲਿਜਾ ਕੇ ਮੇਰੀ ਬੇਟੀ ਵਾਲੇ ਨੇ ਕੀ ਕੀਤਾ ਮੇਰੇ ਪੁੱਤ ਨਾਲ। ਆਏ ਮੈਨੂੰ ਪ੍ਰਸ਼ਾਸਨ ਤਾਂ ਹੀ ਸਾਫ ਚਾਹੀਦਾ, ਦੋਸ਼ੀਆਂ ਨੂੰ ਅਰੈਸਟ ਕਰ ਦਿਓ ਨਹੀਂ ਤਾਂ ਮੈਨੂੰ ਵੀ ਖਤਮ ਕਰ ਦੇ ਸੱਚਾ ਸਾਹਿਬ। ਜੇ ਤੂੰ ਦੋਸ਼ੀਆਂ ਨੂੰ ਨਹੀਂ ਅਰੈਸਟ ਕਰ ਸਕਦਾ ਮੈਨੂੰ ਵੀ ਮਾਰ ਦੇ, ਮੈਨੂੰ ਵੀ ਮਾਰ ਦਿਓ ਤੁਸੀਂ, ਮੇਰਾ ਪੁੱਤ ਜਿੱਤੇ ਭੱਗ ਗਿਆ ਮੈਨੂੰ ਵੀ ਉੱਥੇ ਭੇਜ ਦਿਓ ਜੇ ਨਹੀਂ ਅਰੈਸਟ ਕਰ ਸਕਦੇ ਉਹਨਾਂ ਨੂੰ। ਮੇਰੇ ਬੱਚੇ ਦਾ ਜੀ 26 ਤਰੀਕ ਨੂੰ ਕਤਲ ਕੀਤਾ ਗਿਆ ਜੀ, 27 ਤਰੀਕ ਨੂੰ ਜੀ SHO ਸਾਹਿਬ ਨੇ ਪ੍ਰੈਸ਼ਰ ਚੱਲਿਆ ਕਿ ਜੀ ਪੋਸਟ ਮਾਰਟਮ ਕਰਵਾਤਾ ਜੀ, ਪੋਸਟ ਮਾਰਟਮ ਤੋਂ ਬਾਅਦ ਬੋਡੀ ਘਰ ਤੱਕ ਨਹੀਂ ਲਿਆਉਂਦੀ ਤੀ, ਉਹ ਸ਼ਮਸ਼ਾਨ ਘਾਟ ਲੈ ਗਈ, ਸ਼ਮਸ਼ਾਨ ਘਾਟ 'ਚ ਪ੍ਰੈਸ਼ਰ ਸੀ ਜੀ, SHO ਸਾਹਿਬ ਨੇ ਕਰਵਾਤਾ ਜੀ, ਕਹਿੰਦਾ ਮੈਂ ਤੁਹਾਡਾ ਸੀਨ ਸਾਫ ਕਰਾਊਂਗਾ, ਮੈਂ ਉਹਨਾਂ ਨੂੰ ਰੈਸਟ ਕਰਵਾਊਂਗਾ, ਤੁਸੀਂ ਬੋਡੀ ਨੂੰ ਦਾਹ ਸੰਸਕਾਰ ਕਰਵਾਓ ਜੀ। ਅਸੀਂ SHO ਸਾਹਿਬ ਦੇ ਕਹਿਣ 'ਤੇ ਦਾਹ ਸੰਸਕਾਰ ਕਰਤਾ ਜੀ। ਉਸ ਤੋਂ ਬਾਅਦ ਜੀ ਮੈਂ ਉਹਨਾਂ ਥਾਣੇ ਵਿੱਚ ਗਈ ਜੀ, ਥਾਣੇ ਵਿੱਚ SHO ਸਾਹਿਬ ਕੋਈ ਜੀ ਸਾਡੀ ਸੁਣਵਾਈ ਨਹੀਂ ਕਰ ਰਹੇ ਜੀ, ਉਹਨਾਂ ਨੇ ਜੀ ਰਿਸ਼ਵਤ ਖਾ ਲਈ ਜੀ ਸਾਰੀ ਮਿਲਦੀ ਭੁਗਤਾ ਜੀ, ਪ੍ਰਸ਼ਾਸਨ ਜੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ, ਮੈਂ ਇਕੱਲੀ ਜਾਂਦੀ ਹਾਂ, ਮੇਰਾ ਇਕੱਲਾ ਪੁੱਤਾ ਜੀ ਉਹਨਾਂ ਨੇ ਮਾਰਤਾ ਜੀ, ਦੋ ਗੁੱਡੀਆਂ ਨੇ ਜੀ, ਮੈਂ ਕਿੱਥੇ ਲਈ ਫਿਰਾਂ ਜੀ, ਪ੍ਰਸ਼ਾਸਨ ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਹੇ ਜੀ। ਮੇਰਾ ਨਾਮ ਦੀਪਿਕਾ ਰਾਣੀ ਹੈ ਜੀ, ਮੈਂ ਕੈਲਾਸ਼ ਮਿੱਤਲ ਦੀ ਭੈਣ ਹਾਂ, 26 ਤਰੀਕ ਨੂੰ ਜਿਹਦਾ ਕਤਲ ਹੋਇਆ ਆ, ਅਸੀਂ ਸਾਰਾ ਮਤਲਬ ਕਿ ਜਿਸ ਦਿਨ ਕਤਲ ਹੋਇਆ ਆ ਪੁਲਿਸ ਨੂੰ ਤਲਾਕ ਕੀਤੀ ਆ, ਉਹਨਾਂ ਨੇ FIR 'ਚ ਬਬਲੀ ਅਤੇ ਜਿੱਤੀ ਨਾਮ ਦੇ ਦੋ ਬੰਦਿਆਂ ਦਾ, ਜਿਹਤੇ ਸਾਨੂੰ ਪੂਰਾ ਯਕੀਨ ਸੀ ਵੀ ਹਾਂ ਸਾਡੇ ਕੋਲ ਸਾਰੇ ਸਬੂਤ ਨੇ, ਉਹਨਾਂ ਨੇ ਕਤਲ ਕੀਤਾ ਆ। ਉਸ ਤੋਂ ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਹੀ ਗੱਲ ਦਿੱਤੀ ਆ, ਪਹਿਲਾਂ ਉਮੀਦ ਦਿੱਤੀ ਆ, ਗੁਰੂ ਮਹਾਰਾਜ ਜੀ ਦੇ ਸਿਰਾਂ 'ਤੇ ਹੱਥ ਰੱਖ ਕੇ ਇਹੀ ਗੱਲ ਕਹੀਏ ਕਿ ਤੁਹਾਨੂੰ ਇਨਸਾਫ ਦਵਾਵਾਂਗੇ, ਸਾਨੂੰ ਕੋਈ ਇਨਸਾਫ ਨਹੀਂ ਦਵਾਇਆ ਜੀ, ਪੋਸਟਮਾਰਟਮ ਵੀ ਹੋਇਆ ਜੀ। ਉਸ ਤੋਂ ਬਾਅਦ ਵਿੱਚ ਅਸੀਂ ਕਿਹਾ ਕਿ ਦਾਹ ਸੰਸਕਾਰ ਨਹੀਂ ਕਰਦੇ, SHO ਸਾਹਿਬ ਨੇ ਸਾਨੂੰ ਇਹੀ ਗੱਲ ਕਹੀ ਹੈ ਵੀ ਤੁਹਾਨੂੰ ਇਨਸਾਫ ਦਵਾਵਾਂਗੇ, ਪ੍ਰੈਸ਼ਰ 'ਚ ਆ ਕੇ ਸਾਰਾ ਕੁਝ ਕਰਕੇ ਸਭ ਤੋਂ ਜੇ ਉਹਨਾਂ ਨੇ ਦਾਹ ਸੰਸਕਾਰ ਕਰਵਾਤਾ, ਉਸ ਤੋਂ ਬਾਅਦ ਵਿੱਚ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ, ਅਸੀਂ ਰੋਜ਼ ਥਾਣੇ ਜਾਂਦੇ ਹਾਂ ਜੀ, SHO ਸਾਹਿਬ ਨੂੰ ਮਿਲਦਿਆਂ ਸਾਨੂੰ ਇਹੀ ਗੱਲ ਕਹਿ ਕੇ ਦਿਲਾਸਾ ਦੇ ਕੇ ਮੋੜ ਦਿੰਦੇ ਨੇ, ਟਾਲ ਦਿੰਦੇ ਨੇ, ਕੋਈ ਨਹੀਂ ਅਸੀਂ ਅਰੈਸਟ ਕਰ ਰਹੇ ਹਾਂ, ਜਾ ਰਹੇ ਹਾਂ ਕੋਈ, ਪਰ ਉਹਨਾਂ ਨੂੰ ਅਰੈਸਟ ਨਹੀਂ ਕੀਤਾ, ਜਾ ਨਹੀਂ ਰਹੇ, ਸ਼ਰੇਆਮ ਆਪਦੇ ਘਰਾਂ 'ਚ ਬੈਠੇ ਨੇ, ਘੁੰਮ ਰਹੇ ਨੇ, ਸਾਡੇ ਕੋਲ ਸਾਰੇ ਸਬੂਤ ਨੇ, ਅਸੀਂ ਦੇਖੇ ਵੀ ਨੇ, ਪਰ ਉਹ ਕੁਛ ਨਹੀਂ ਕਰ ਰਹੇ, ਸਾਨੂੰ ਮੌਕੇ 'ਤੇ ਇਹੀ ਗੱਲ ਕਹਿ ਦਿੰਦੇ ਨੇ, ਅਸੀਂ ਚੱਕਣ ਗਏ ਸੀ ਉਹ ਭੱਜ ਕੇ, ਕੁਛ ਵੀ ਨਹੀਂ ਕਰ ਰਹੇ SHO ਸਾਹਿਬ। ਪੋਸਟਮਾਰਟਮ ਰਿਪੋਰਟ 'ਚ ਇਹੀ ਆਇਆ ਉਹਦਾ ਮਰਡਰ ਹੋਇਆ ਜੀ, ਸਾਰੇ ਮਤਲਬ ਕਿ ਉਹਦੀ ਬੋਡੀ ਜੇ ਦੇਖੀ ਹੈਗੀ ਅਸੀਂ, ਉਹਦੇ ਵਿੱਚ ਮਰਡਰ ਹੀ ਸੀ, ਸਾਰੀ ਨੀਲੀ ਹੋਈ ਪਈ ਸੀ, ਬੋਡੀ ਪੀਲੀ ਹੋਈ ਪਈ ਸੀ, ਉਹਦਾ ਕਤਲ ਹੋਇਆ ਜੀ, ਰੰਜਸ਼ ਨਾਲ ਉਹਦਾ ਕਤਲ ਹੋਇਆ ਜੀ। ਉਸ ਤੋਂ ਬਾਅਦ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ, ਪੁਲਿਸ ਨੇ ਸਾਰਿਆਂ ਰਿਸ਼ਵਤ ਖਾਈ ਹੋਈ ਹੈ ਜੀ, ਸਾਰੀ ਮਿਲੀ ਭੁਗਤ ਸਾਰੀ ਇੱਕ ਹੋਈ ਹੈ, ਅੱਜ 1.5 ਮਹੀਨਾ ਹੋ ਗਿਆ ਜੀ, 26 ਤਰੀਕ ਦਾ ਮਰਡਰ ਹੋਇਆ ਹੈ ਜੀ, FIR 26 ਤਰੀਕ ਦੀ ਕੱਟੀ ਹੋਈ ਹੈ, ਅੱਜ 1.5 ਮਹੀਨਾ ਹੋ ਗਿਆ ਜੀ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ SHO ਸਾਹਿਬ। ਹਾਂਜੀ ਅਸੀਂ ਡੇਲੀ ਜਾਂਦੇ ਹਾਂ ਜੀ, ਅਸੀਂ ਕੱਲ੍ਹ ਪਰਸੋਂ ਵੀ ਜਾ ਕੇ ਅਸੀਂ ਡੇਲੀ ਜਾਂਦੇ ਹਾਂ, ਕੁਛ ਵੀ ਸਾਡੀ ਸੁਣਵਾਈ ਨਹੀਂ, ਸਾਨੂੰ ਇਹੀ ਕਹਿ ਕੇ ਟਾਲ ਦਿੰਦੇ ਨੇ, ਕੋਈ ਗੱਲ ਨਹੀਂ ਅਸੀਂ ਅਰੈਸਟ ਕਰਦੇ ਹਾਂ, ਸਾਨੂੰ ਇਹ ਕਹਿ ਕੇ ਟਾਲਿਆ ਜਾਂਦਾ ਆ।
ਅਸੀਂ SHO ਸਾਹਿਬ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ, ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤੇ? ਸਾਡੇ SHO ਸਾਹਿਬ ਕੋਲ ਇਹੀ ਬਿਆਨ ਨੇ ਵੀ ਉਹਨਾਂ ਨੂੰ ਅਰੈਸਟ ਕਿਉਂ ਨਹੀਂ, ਸਾਨੂੰ ਸਵਾਲਾਂ ਦੇ ਜਵਾਬ ਦਿੱਤੇ ਜਾਣ। ਜੇ ਨਹੀਂ ਅਰੈਸਟ ਕਰਦੇ ਸਾਨੂੰ ਇਹੀ ਗੱਲ ਕਹਿ ਦੇਣ ਵੀ ਅਸੀਂ ਅਰੈਸਟ ਨਹੀਂ ਕਰਦੇ, ਜੋ ਕਾਨੂੰਨੀ ਕਾਰਵਾਈ ਸਾਡੇ ਕੋਲ ਧਰਨੇ ਹੋਣਗੇ ਅਸੀਂ ਉੱਪਰ ਜਾਵਾਂਗੇ, ਸਾਰਾ ਕੁਛ ਕਰਾਂਗੇ, ਸਾਨੂੰ SHO ਸਾਹਿਬ ਇਹੀ ਗੱਲ ਕਹਿ ਦੇਣ ਵੀ ਅਸੀਂ ਕੁਛ ਨਹੀਂ ਕਰ ਸਕਦੇ ਜੀ। ਸ਼ਿਮਲਾ ਦੇਵੀ, ਮੇਰਾ ਦੋਤਾ ਸੀ ਜੀ ਕਲਾਸ, ਹਾਂਜੀ ਮੰਗ ਪੈਂ ਕਹਿੰਦੀ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੈਨੂੰ ਇਨਸਾਫ ਦਿਓ ਮਿਲ ਜਾਣ, ਉਹ ਮੈਂ ਕੁਛ ਨਹੀਂ ਮੰਗਦੀ, ਮੈਨੂੰ ਇਨਸਾਫ ਮਿਲ, ਉਹ ਤਾਂ ਫਿਰਦੇ ਨੇ ਸਾਰੇ ਆ, ਮੈਨੂੰ ਕੁਛ ਨਹੀਂ ਪੁੱਛਦੇ, ਆਏ ਕਾਰ 'ਚ ਫਿਰਦੇ ਨੇ ਮੌਜ ਨਾਲ, ਘਰੇ ਬੈਠੇ ਨੇ, ਮੈਂ ਫਿਰਦੀ ਡਰਦੀ ਬਾਹਰ ਨਹੀਂ ਨਿਕਲਦੀ ਹਾਂਗੀ ਵੀ ਮੈਨੂੰ ਮਾਰ ਦੇਣਗੇ, ਮੇਰਾ ਕੋਈ ਨਹੀਂ ਹੈਗਾ, ਉਹੀ ਸੀ ਮੇਰਾ ਕਲਾਸ ਮੇਰੇ ਰਵੇ, ਮੇਰਾ ਕੋਈ ਨਹੀਂ ਅੱਗੇ ਨਾ ਪਿੱਛਾ, ਮੇਰਾ ਮੈਂ ਤਾਂ ਉਹਦੇ ਸਿਰ 'ਤੇ ਭੱਜੀ ਫਿਰਦੀ, ਪੈਸੇ ਖਾ ਲਏ ਜੀ ਉਹਨਾਂ ਨੇ ਸਾਰੇ, ਆ ਪੈਸੇ ਖਾਧੇ ਨੇ, ਪੈਸੇ ਖਾਧੇ ਨੇ ਬੜੇ ਸਾਰ ਉਹਨਾਂ ਠਾਣੇਦਾਰ ਨੇ, ਪੈਸੇ ਖਾਧੇ ਨੇ, ਮੈਂ ਜਾਂਦੀ ਹਾਂ ਮੁੜਿਆ ਨਹੀਂ ਜਾਂਦੀ, ਮੈਂ ਬਾਬਾ ਤਿੰਨ ਕੁੜੀ ਆ ਮੈਂ ਆ ਕਿੱਥੇ ਜਾਵਾਂ ਜਾਂਦੀ, ਮੈਨੂੰ ਐਂ ਡਰ ਕਿਤੇ ਮਗਰ ਆ ਕੇ ਸਾਨੂੰ ਵੀ ਨਾ ਮਾਰ ਦੇਣ ਦਾ ਕੀ ਦੋਸ਼ੀਆਂ ਦਾ, ਜਦ ਮੇਰੇ ਪੁੱਤ ਦੋਤੇ ਨੂੰ ਮਾਰ ਸਕਦੇ ਸਾਨੂੰ ਤਾਂ ਮਾਰਨਾ ਬਹੁਤ ਆਸਾਨ ਹੈ ਮੈਨੂੰ। ਜਸਵੀਰ ਕੌਰ ਜੀ, ਇਹ ਮਾਮਲਾ ਜੀ ਬੱਚਾ ਇਹ ਗਿਆ ਸੀ ਘਰੋਂ ਜੀ, ਉਦੋਂ ਬਾਅਦ ਉੱਥੋਂ ਦੁਕਾਨ ਇਹਨਾਂ ਦਾ ਖੋਖਾ ਜਿਹੜਾ ਉੱਥੋਂ ਬੁਲਾਇਆ ਗਿਆ, ਇਹ ਸਾਡੇ ਕੋਲ ਬੇਬੀ ਆਈ ਭੱਜੀ ਭੱਜੀ ਵੀ ਐਂ ਕਰਕੇ ਐਂ ਗੱਲ ਵੀ ਮੁੰਡਾ ਹੈ ਨਹੀਂ ਉੱਥੇ, ਫਿਰ ਅਸੀਂ ਇਹਦੇ ਨਾਲ ਭੱਜੇ ਸਾਰੇ ਜਣੇ, ਇਹ ਉੱਧਰੋਂ ਲੱਭਿਆ ਜਿਹੜਾ ਅਲਵਾਰ ਖਾਲਾ ਸੂਆ ਉੱਥੇ ਕੋਈ ਸਿਵਾ ਸੂਆ ਉੱਥੇ ਬੈ ਸੀਗਾ ਜੀ, ਮਰਿਆ ਪਿਆ ਸੀਗਾ, ਉੱਥੋਂ ਪੋਸਟਮੈਨ ਨੂੰ ਚੱਕ ਕੇ ਲੈ ਕੇ ਗਏ ਜੀ, ਉਦੋਂ ਬਾਅਦ ਸਿੱਧਾ ਉੱਥੇ ਲਿਆਏ ਸਿਵਿਆਂ 'ਚ ਜੀ, ਜੋ ਸਿਵਿਆਂ 'ਚ ਲੈ ਆਏ ਤਾਂ ਚਲੋ SHO ਮੈਨੂੰ ਖੁਦ ਕਹਿ ਰਿਹਾ, ਕਹਿੰਦਾ ਬੀਬੀ ਇਹਨਾਂ ਦਾ ਨਿਬੇੜੋ ਵੀ ਤੁਸੀਂ, ਮੈਂ ਤੁਹਾਨੂੰ ਜਿਵੇਂ ਤੁਸੀਂ ਕਹੋਗੇ ਉਵੇਂ ਕਰੋਗੇ। ਮੈਂ ਵੀ ਕਿਹਾ ਇਹਨਾਂ ਨੂੰ, ਮੈਂ ਕਿਹਾ ਬੇਬੀ ਤੂੰ ਐਡੇ ਵੱਡੇ ਅਫਸਰ ਦੀ ਮੰਨ ਲੈ, ਜੇ ਤੂੰ ਐਡੇ ਅਫਸਰ ਦੀ ਨਹੀਂ ਮੰਨਦੀ ਤਾਂ ਵੀ ਮਾੜੀ ਗੱਲ ਹੈ ਵੀ ਫਿਰ। ਚਲੋ ਜੀ ਇਹਨੇ ਵਿਚਾਰੀ ਨੇ ਮੰਨ ਲਈ, ਅਸੀਂ ਸਾਰਾ ਮੱਲਾ ਉੱਥੇ ਇਕੱਠਾ ਜੀ, ਫਿਰ ਉਦੋਂ ਬਾਅਦ ਜੀ ਅਸੀਂ ਕਦੇ ਕੋਈ ਕੁਛ ਕਹਿ ਦਿਆ ਕਰੇ, ਕਦੇ ਕੋਈ ਕੁਛ ਕਹਿ ਦਿਆ ਕਰੇ, ਮੈਂ ਕਿਹਾ ਬੇਬੀ ਤੂੰ SHO ਦੀ ਮੰਨ, SHO ਨੂੰ ਪੁੱਛ ਵੀ ਹਾਂ ਵੀ ਕਿਵੇਂ ਆ, ਫਿਰ ਅਸੀਂ ਪੁੱਛਿਆ ਜੀ, ਉਹ ਮੈਨੂੰ ਕਹਿੰਦਾ ਬੀਬਾ ਨਵੇੜ ਤੂੰ ਇਹਨੂੰ ਸੰਸਕਾਰ ਕਰਾ, ਅਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਕਰ, ਦੇਖੋ ਅੱਜ ਡੇਢ ਮਹੀਨਾ ਹੋ ਗਿਆ, ਬਿਲਕੁਲ ਨਹੀਂ, ਇਹ ਗਰੀਬ ਪਰਿਵਾਰ ਸੀ ਉਹੀ ਕਮਾਉਂਦਾ ਸੀ ਉਹੀ ਖਵਾਉਂਦਾ ਸੀ ਇਹਨਾਂ ਨੂੰ, ਹੁਣ ਤੁਸੀਂ ਐਂ ਦੱਸੋ ਵੀ ਵਿਚਾਰੀਆਂ ਦਾ ਇਹਨਾਂ ਦਾ ਕੀ ਹਿੱਲਾ, ਗਰੀਬਣਾ ਦਾ ਕੋਈ ਨਹੀਂ ਕਰਦੀ, ਕੋਈ ਵਾਰ ਨਹੀਂ, ਡੇਢ ਮਹੀਨਾ ਹੋ ਗਿਆ ਵਿਚਾਰੀਆਂ ਜਾ ਵਗ ਜਾਂਦੀਆਂ ਨੇ ਆ ਜਾਂਦੀਆਂ ਬਾਹਰ, ਇਹਨਾਂ ਦੇ ਮੰਗਰ ਹੈ ਨਹੀਂ ਕੋਈ, ਸ਼ਰੇਆਮ ਉਹ ਘੁੰਮ ਰਹੇ ਨੇ ਜੀ, ਘਰੇ ਗਏ ਜਦੋਂ ਉਦੋਂ ਘਰੇ ਅੰਦਰ ਬੈਠੇ ਖੁਦ ਬੇਬੀ ਦੇਖ ਕੇ ਆਈ, ਫਿਰ ਪੁਲਿਸ ਵਾਲਿਆਂ ਨੂੰ ਕਿਹਾ, ਪੁਲਿਸ ਵਾਲੇ ਕਹਿੰਦੇ ਹਾਂ ਜੀ ਆਉਂਦੇ ਹਾਂ ਜੀ, ਇੰਨੇ ਕਿਨੂੰ ਆਉਂਦੇ ਹਾਂ ਇੰਨੇ ਕਿਨੂੰ ਆਉਂਦੇ ਜੀ, ਬਸ ਆਏ ਫਿਰ ਉਹ ਕਰਿਆ ਜੀ ਉਹਨਾਂ ਨੇ, ਬਾਕੀ ਸਾਰਾ ਮੱਲਾ ਸਾਡੇ ਨਾਲ ਸੀ। ਇਹਦੇ ਵਿੱਚ ਕੀ ਹੈ, ਇਹਦੇ 'ਚ ਕਲਾਸ਼ ਨਾਂ ਦੇ ਲੜਕੇ ਦੀ ਮੌਤ ਹੋਈ ਸੀ, ਜਿਹਦੇ ਸੰਬੰਧੀ 43 ਨੰਬਰ ਮੁਕੱਦਮਾ 26/3/2024 ਅੰਡਰ ਸੈਕਸ਼ਨ 304(34) IPC ਦਰਜ ਰਜਿਸਟਰ ਕੀਤਾ ਗਿਆ ਸੀ, ਦੋ ਬੰਦਿਆਂ ਦੇ ਖਿਲਾਫ, ਬਬਲੀ ਅਤੇ ਜੀਤੀ ਦੇ ਖਿਲਾਫ। ਦੌਰਾਨੇ ਤਫਤੀਸ਼ ਇੱਕ ਹੋਰ ਵਿਅਕਤੀ ਦਾ ਨਾਂ ਇਹਦੇ ਵਿੱਚ ਆਇਆ ਸੀ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਬਬਲੀ ਅਤੇ ਜੀਤੀ ਜਿਹੜੇ ਇਹਨਾਂ 'ਤੇ ਰੇਡ ਕੀਤੇ ਜਾ ਰਹੇ ਨੇ, ਪਰ ਇਹ ਘਰੋਂ ਫਰਾਰ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ 'ਚ ਵੀ ਰੇਡ ਕੀਤੇ ਗਏ ਨੇ, ਜੋ ਘਰ ਨਹੀਂ ਮਿਲ ਰਹੇ, ਜਿਨ੍ਹਾਂ ਨੇ ਆਪਣੀਆਂ ਜ਼ਮਾਨਤਾਂ ਲਾਈਆਂ ਸੀ, ਜਿਨ੍ਹਾਂ ਦੀਆਂ ਜ਼ਮਾਨਤਾਂ ਮਾਨਯੋਗ ਅਦਾਲਤ ਸੈਸ਼ਨ ਜੱਜ ਸਾਹਿਬ ਤੋਂ ਡਿਸਮਿਸ ਕਰਵਾਈਆਂ ਜਾ ਚੁੱਕੀਆਂ ਨੇ ਅਤੇ ਰੇਡ ਕੀਤੇ ਜਾ ਰਹੇ ਨੇ, ਜਲਦੀ ਤੋਂ ਜਲਦੀ ਇਹਨਾਂ ਨੂੰ ਦੋਹਾਂ ਨੂੰ ਗ੍ਰਿਫਤਾਰ ਕਰਕੇ ਚਲਾਣ ਪੇਸ਼ ਅਦਾਲਤ ਕੀਤਾ ਜਾਵੇਗਾ।